ਮੈਂ ਯਾਰ ਫਿਰ ਬਾਈ ਉਹਨਾਂ ਨੂੰ ਖਵਾਈਏ ਭੋਰਾ ਤੇ ਅਸੀਂ ਉਹਨਾਂ ਦੇ ਮੂੰਹ ਕੰਨੀ ਸੱਚੀ ਐਂ ਝੱਕ ਕੇ ਵੀ ਜਿਵੇਂ ਆਇਆ ਐਂ ਨੀ ਵੀ ਫਿਲਮਾਂ 'ਚ ਦੇਖ ਲੈਂਦੇ ਵੀ ਕਿਹਦਾ ਹੈਰਾਨੀ ਵਾਲਾ ਆਈ ਗਿਆ ਬਾਈ ਕੀ ਕਹਿੰਦਾ ਬਾਈ ਸਮਾਨ ਸਮੂਨ ਖਵਾਈਏ ਤੇ ਸਾਨੂੰ ਐਂ ਹੋ ਗਿਆ ਵੀ ਯਾਰ ਕਿਤੇ ਵੀ ਪ੍ਰਭਾਵ ਪਾਉਂਦੇ ਹੋਣਗੇ ਆਪਾਂ ਵੀ ਚੱਲ ਯਾਰ ਜਵਾਕ ਨੇ ਹਨਾ ਆਈ ਗਿਆ ਚੱਲ ਯਾਰ ਬਾਈ ਖਵਾ ਦਿਓ ਤੇ ਬਾਈ ਉਹਨਾਂ ਨੇ ਜੇਬ ਚੋਂ ਐਡੀ ਸਾਰੀ ਡੱਬੀ ਕੱਢੀ ਚਾਂਦੀ ਦੀ ਛੋਟੀ ਜੀ ਤੇ ਉਹਦੇ 'ਚ ਬਾਈ ਉਹ ਫੀਮ ਲਈ ਫਿਰਦੇ ਮੈਂ ਕਿਹਾ ਯਾਰ ਬਾਈ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਕਹਿੰਦੇ ਯਾਰ ਦਾਨਵੀਂ 'ਚ ਬਾਈ ਨਸ਼ਾ ਬਾਈ ਤੁਸੀਂ ਮੈਂ ਕਹਿੰਦਾ ਵੀ ਹੁਣ ਮੁੰਡੇ ਕੁੜੀਆਂ ਕਿਵੇਂ ਘੁੰਮਦੇ ਨੇ ਬਾਈ ਜਵਾਕਾਂ ਨੂੰ ਅਸੀਂ ਨਾ ਜੀਪ ਲੈਣ ਚੱਲ ਗਏ ਬਾਈ ਡੱਬ ਵਾਲੀ ਜੀ ਡੱਬ ਵਾਲੀ ਸਾਨੂੰ ਜਵਾਕ ਮਿਲ ਗਏ ਸੰਦੀਪ ਬਾਈ ਤਿੰਨ ਚਾਰ ਜਾਣੇ ਅੱਛਾ ਤੇ ਆਈਡੀਆ ਲਾਓ ਵੀ ਕਿੰਨੀ ਕਲਾਸ 'ਚ ਪੜ੍ਹਦੇ ਹੋਣਗੇ ਉਹ ਦਸਵੀਂ 'ਚ ਠੀਕ ਹੈ ਤੇ ਅਸੀਂ ਜੀਪ ਦੀ ਟਰਾਈ ਲਈ ਜਾਂਦੇ ਸੀ ਉਹ ਸਾਡੇ ਮਗਰ ਨਾ ਉਹਨਾਂ ਕੋਲੇ ਜਿੰਨ ਗੱਡੀ ਸੀ ਪਤਾ ਨਹੀਂ ਕਿਹੜੀ ਗੱਡੀ ਜੌਂਟੀ ਹੈ ਨਾ ਉਹਨਾਂ ਕੋਲੇ ਉਹ ਸਾਡੇ ਮਗਰ ਗੱਡੀ ਲੈ ਆਏ ਬਾਈ ਠੀਕ ਹੈ ਲੈ ਆਏ ਤੇ ਅਸੀਂ ਏਦਾਂ ਗੱਡੀ ਜੀਪ ਦਾ ਸੌਦਾ ਕਰੀ ਜਾਂਦੇ ਹਾਂ ਤੇ ਉਹ ਮੁੰਡੇ ਆ ਗਏ ਕਹਿੰਦੇ ਵੀ ਬਾਈ ਵੀ ਫੋਟੋ ਕਰਾਉਣੀ ਹੈ ਠੀਕ ਹੈ ਮੈਂ ਕਿਹਾ ਵੀ ਆ ਜਾਓ ਵੀਰੇ ਵੀ ਮਾੜਾ ਜਿਹਾ ਸੌਦਾ ਕਰੀ ਜਾਂਦੇ ਹਾਂ 5 ਮਿੰਟ ਖੜ ਜਾਓ ਐਂ ਖੜੇ ਖੜੇ ਚਲੋ ਸਾਡਾ ਸੌਦਾ ਹੋ ਗਿਆ ਉਹ ਆ ਗਏ ਤੇ ਐਂ ਗੱਲ ਜੀ ਕਰਦੇ ਕਰਦੇ ਉਹ ਬੋਲਦਾ ਇੱਕ ਉਹਦੇ ਨਾਲ ਦਾ ਮੈਂ ਯਾਰ ਫਿਰ ਬਾਈ ਉਹਨਾਂ ਨੂੰ ਖਵਾਈਏ ਭੋਰਾ ਤੇ ਅਸੀਂ ਉਹਨਾਂ ਦੇ ਮੂੰਹ ਕੰਨੀ ਸੱਚੀ ਐਂ ਝੱਕ ਕੇ ਵੀ ਜਿਵੇਂ ਆਇਆ ਐਂ ਨੀ ਵੀ ਫਿਲਮਾਂ 'ਚ ਦੇਖਦੇ ਹੁੰਦੇ ਵੀ ਇੱਕੇ ਤਾਂ ਹੈਰਾਨੀ ਵਾਲਾ ਸਹੀ ਗੱਲ ਤੇ ਆਈ ਗਿਆ ਬਾਈ ਕੀ ਕਹਿੰਦਾ ਬਾਈ ਸਮਾਨ ਸਮੂਨ ਖਵਾਈਏ ਤੇ ਸਾਨੂੰ ਐਂ ਹੋ ਗਿਆ ਵੀ ਯਾਰ ਕਿਤੇ ਵੀ ਪ੍ਰਭਾਵ ਪਾਉਂਦੇ ਹੋਣਗੇ ਆਪਾਂ ਬਿਲਕੁਲ ਹੁੰਦਾ ਹੀ ਵੀ ਚੱਲ ਯਾਰ ਜਵਾਕ ਨੇ ਹਨਾ ਤੇ ਆਈ ਗਿਆ ਚੱਲ ਯਾਰ ਬਾਈ ਖਵਾ ਦਿਓ ਤੇ ਬਾਈ ਉਹਨਾਂ ਨੇ ਜੇਬ 'ਚੋਂ ਐਡੀ ਸਾਰੀ ਡੱਬੀ ਕੱਢੀ ਚਾਂਦੀ ਦੀ ਛੋਟੀ ਜੀ ਤੇ ਉਹਦੇ 'ਚ ਬਾਈ ਉਹ ਫੀਮ ਲਈ ਫਿਰਦੇ ਮੈਂ ਕਿਹਾ ਯਾਰ ਬਾਈ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਕਹਿੰਦੇ ਯਾਰ ਦਸਵੀਂ 'ਚ ਮੈਂ ਕਿਹਾ ਵੱਡੇ ਬਾਈ ਪਹਿਲੀ ਗੱਲ ਤਾਂ ਮੈਂ ਖਾਣੀ ਨਹੀਂ ਦੂਜੀ ਗੱਲ ਮੈਂ ਕਿਹਾ ਮੈਂ ਤੁਹਾਨੂੰ ਇਹ ਕਹਿੰਦਾ ਵੀ ਇਹ ਚੀਜ਼ ਦਾ ਚਾ ਹੀ ਹੁੰਦਾ ਹਾਂ ਬਿਲਕੁਲ ਤੇ ਮੈਂ ਕਿਹਾ ਲੱਗਦੇ ਮੈਂ ਕਿਹਾ ਮੁੜ ਕੇ ਇਹ ਜੇ ਥਾਵੇਂ ਫਸ ਜਾਓਗੇ ਨਾ ਤੁਹਾਨੂੰ ਤੁਹਾਡੇ ਮਾਂ ਪਿਓ ਨੇ ਕੱਢਣਾ ਨਾ ਤੁਹਾਨੂੰ ਕੋਈ ਹੋਰ ਕੱਢੇ ਮੈਂ ਕਿਹਾ ਤੁਹਾਡਾ ਸਾਰਾ ਕੈਰੀਅਰ ਬਰਬਾਦ ਮਾਹੌਲ ਵਾਹਵਾ ਜ਼ਿਆਦਾ ਖਰਾਬ ਹੋ ਗਿਆ ਵੀ ਜਿਹੜੀ ਜਿਹੜੀ ਕਲਾਸ 'ਚ ਜਾ ਕੇ ਆਪਾਂ ਨੂੰ ਕਿਸੇ ਚੀਜ਼ ਦਾ ਵੀ ਪਤਾ ਨਹੀਂ ਸੀ ਹੁੰਦਾ ਕਿਸੇ ਚੀਜ਼ ਦਾ ਵੀ ਨਹੀਂ ਸੀ ਪਤਾ ਹੁੰਦਾ ਆਪਾਂ ਨੂੰ ਉਹ ਤਾਂ ਇੱਕ ਲੈਸਨ ਵੀ ਆਪਾਂ ਸ਼ਰਮ ਮਾਰੇ ਨਹੀਂ ਪੜ੍ਹਦੇ ਹੁੰਦੇ ਸੀ ਸਿੱਧੀ ਗੱਲ ਤਾਂ ਇਹ ਦਸਵੀਂ ਦੋਵੀਂ 'ਚ ਜਾ ਕੇ ਮੈਂ ਕਹਿੰਦਾ ਨਸ਼ਾ ਛੱਡੋ ਤੇ ਐਂ ਨਹੀਂ ਸੀ ਪਤਾ ਹੁੰਦਾ ਵੀ ਫਿਲਮ 'ਚ ਕਿਹੜਾ ਸੀਨ ਆ ਗਿਆ ਜਾਂ ਕਿਵੇਂ ਹਨਾ ਨੋਰਮਲ ਜਿਹੜੀਆਂ ਚੀਜ਼ਾਂ ਨੈੱਟਫਲਿਕਸ ਤੇ ਆਪਾਂ ਨੂੰ ਬਿਲਕੁਲ ਆਪਣੇ ਜੰਮ ਦੇ ਜਵਾਕਾਂ ਨੂੰ ਖੰਭ ਜੇ ਹਿਲਾ ਦਿੰਦੇ ਸੀ ਤੇ ਪਤਾ ਲੱਗਦਾ ਵੀ ਬਸ ਹਾਂ ਉਹ ਉਹ ਤੁਸੀਂ ਦੇਖਿਆ ਐ ਫੁੱਲ ਜੇ ਜੋੜ ਦਿੰਦੇ ਪਤਾ ਲੱਗ ਜਾਂਦਾ ਵੀ ਲੈ ਬਈ ਬਸ ਕਿਸੀ ਵਿਸੀ ਹੋ ਗਈ ਹਨਾ ਤੇ ਹੁਣ ਤੁਸੀਂ ਦੇਖ ਲਓ ਵੀ ਕਿੱਡਾ ਮਾਹੌਲ ਚਾਲ ਇਹ ਚੀਜ਼ ਦਾ ਬਾਈ ਇੱਕ ਗੱਲ ਤਾਂ ਹੈਗੀ ਆ ਵੀ ਲੋਕਾਂ ਦੀ ਜਿਹੜੀ ਸੰਗ ਸ਼ਰਮ ਵੀ ਮਾਰਤੀ ਇਹਨੇ ਹਾਂ ਬਾਈ ਵੱਡੀ ਗੱਲ ਤਾਂ ਇਹ ਆ ਨਾ ਵੀ ਹੁਣ ਸੰਗਦੇ ਹੀ ਨਹੀਂ ਬਾਈ ਤੁਸੀਂ ਇਹ ਦੇਖੋ ਮੈਡਮਾਂ ਨੂੰ ਸਟੂਡੈਂਟ ਪ੍ਰਪੋਜ਼ ਕਰ ਰਹੇ ਆ ਜਿਹੜੀ ਆਪਾਂ ਗੱਲ ਕਰਦੇ ਸੀ ਆਪਾਂ ਨੂੰ ਪਤਾ ਹੀ ਆ ਬਾਈ ਤੁਸੀਂ ਇਹ ਦੇਖੋ ਵੀ ਮਾਂ ਪਿਓ ਭੈਣ ਭਾਈ ਇੱਕ ਪਰਦਾ ਹੁੰਦਾ ਮਾਂ ਪਿਓ ਦਾ ਬਿਲਕੁਲ ਆਪ ਤੋਂ ਮੇਰੀ ਭੈਣ ਆ ਵੱਡੀ ਮੈਥੋਂ ਮੈਨੂੰ ਉਹਦੀਆਂ ਅੱਖਾਂ ਦੀ ਸ਼ਰਮ ਆ ਮੈਨੂੰ ਉਹਦਾ ਪਰਦਾ ਤੇ ਆਪਣੇ ਜਦੋਂ ਆਪਾਂ ਛੋਟੇ ਸੀ ਜਾਣੀ ਕਿ ਉਦੋਂ 2010 ਤੋਂ ਪਹਿਲਾਂ ਦੀਆਂ ਗੱਲਾਂ ਲਾ ਲਈਏ ਵੀ ਜੇ ਕੋਈ ਇੱਦਾਂ ਦਾ ਜੇ ਉਹ ਫੁੱਲ ਜੋੜਨ ਵਾਲਾ ਸੀਨ ਵੀ ਆ ਜਾਂਦਾ ਨਾ ਤਾਂ ਡੈਡੀ ਨੇ ਰਿਮੋਟ ਚੱਕ ਕੇ
ਉਹਨੂੰ ਜਾਂ ਤਾਂ ਬੰਦ ਕਰ ਦੇਣਾ ਜਾਂ ਚੈਨਲ ਚੇਂਜ ਕਰ ਦੇਣਾ, ਚਲੋ ਖੇਡੋ, ਹੈ ਨਾ ਵੀ ਹੁਣ ਉਹ ਚੀਜ਼ਾਂ ਜਦੋਂ ਆਪਾਂ ਫੈਮਿਲੀ ਬਹਿੰਦੇ ਹਾਂ ਸਾਰੀ, ਬਿਲਕੁਲ ਐ ਨੀ ਪਤਾ ਕਿੱਦਾਂ ਦਾ ਕੁਛ ਖੁੱਲ ਜੇ, ਬਿਲਕੁਲ ਤੇ ਉੱਥੇ ਨਾ ਨਾ ਐ ਮੂੰਹ ਹੁੰਦਾ ਨਾ ਅੱਖਾਂ ਬੰਦ ਹੁੰਦੀਆਂ, ਬਿਲਕੁਲ ਤੇ ਪਰ ਉਹ ਕੀ ਆ ਵੀ ਹੁਣ ਇੱਕ ਇਹ ਚੀਜ਼ ਵਾਲੀ ਚੱਲ ਪਈ ਪ੍ਰਚਲਿਤ ਹੋ ਗਈ ਵੀ ਯਾਰ ਸਾਰੀ ਦੁਨੀਆ ਕਰਦੀ, ਸਾਰੀ ਦੁਨੀਆ ਕਰਦੀ ਵੀ ਯਾਰ ਹੁਣ ਬਈ ਇਹ ਤਾਂ ਇੰਟਰਟੇਨਮੈਂਟ ਆ ਜਾਂ ਇਹ ਚੀਜ਼ ਚੱਲ ਰਹੀ ਆ, ਹੁਣ ਅਸੀਂ ਕੀ ਕਰੀਏ।